ਇੰਨੀ ਮਾੜੀ ਕਿਸੇ ਨਾਲ ਨਾ ਹੋਵੇ ਜਿੰਨੀ ਇਸ ਦੁਕਾਨਦਾਰ ਦੇ ਨਾਲ ਹੋਈ ਹੈ। ਸੁਨਿਆਰੇ ਦੀ ਦੁਕਾਨ ਜਿੱਥੇ ਲੁਟੇਰੇ ਗਾਹਕ ਬਣ ਕੇ ਆਏ ਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਵੱਡੀ ਗੱਲ ਇਹ ਹੈ ਕਿ ਮਹੀਨਾ ਪਹਿਲਾਂ ਹੀ ਇਸ ਦੁਕਾਨ ਦੇ ਵਿੱਚ ਚੋਰ ਵੜੇ ਸੀ ਤੇ ਗਹਿਣੇ ਚੋਰੀ ਕਰਕੇ ਲੈ ਗਏ ਸੀ। ਅਜੇ ਤੱਕ ਉਸ ਨੁਕਸਾਨ ਦੀ ਭਰਪਾਈ ਨਹੀਂ ਹੋਈ ਸੀ ਤਾਂ ਹੁਣ ਲੁਟੇਰੇ ਵੀ ਇਸ ਦੁਕਾਨ 'ਚ ਵੜੇ ਤੇ ਗਹਿਣੇ ਲੁੱਟ ਕੇ ਲੈ ਗਏ। ਦਰਅਸਲ ਇਸ ਸੁਨਿਆਰੇ ਦੀ ਦੁਕਾਨ ਤੇ ਗਾਹਕ ਬਣ ਕੇ ਆਏ ਲੁਟੇਰੇ, ਜਿਨ੍ਹਾਂ ਦੇ ਵਿੱਚੋਂ ਇੱਕ ਬਾਹਰ ਬਾਈਕ ਤੇ ਖੜਾ ਰਹਿੰਦਾ ਹੈ ਜਦਕਿ ਦੂਜਾ ਅੰਦਰ ਦੁਕਾਨ ਦੇ ਵਿੱਚ ਸੋਨੇ ਦੇ ਚੇਨ, ਬ੍ਰੈਸਲੇਟ ਤੇ ਮੁੰਦਰੀ ਦੇਖਣ ਲੱਗ ਪੈਂਦਾ ਹੈ। ਦੇਖਦਿਆਂ ਹੋਇਆਂ ਉਸ ਨੂੰ ਚੀਜ਼ਾਂ ਪਸੰਦ ਵੀ ਆ ਜਾਂਦੀਆਂ ਹੈ। ਜਿਹੜੇ ਗਹਿਣੇ ਪਸੰਦ ਆਉਂਦੇ ਨੇ ਤਾਂ ਉਹ ਪੈਕ ਵੀ ਕਰਵਾ ਲੈਂਦਾ ਹੈ। ਪਰ ਜਿਵੇਂ ਹੀ ਦੁਕਾਨਦਾਰ ਬਿੱਲ ਬਣਾਉਣ ਦੀ ਜਾਂਦਾ ਹੈ ਤਾਂ ਬਿੱਲ ਬਣਾਉਣ ਦੇ ਸਮੇਂ ਹੀ ਮੌਕਾ ਦੇ ਕੇ ਇਹ ਲੁਟੇਰਾ ਉੱਥੋਂ ਫਰਾਰ ਹੋ ਜਾਂਦਾ ਹੈ। ਤਸਵੀਰਾਂ ਦੇ ਵਿੱਚ ਇਹ ਜੋ ਸ਼ਖਸ ਨਜ਼ਰ ਆ ਰਿਹਾ ਹੈ, ਇਹ ਦਰਅਸਲ ਇੱਥੇ ਲੁਟੇਰਾ ਹੀ ਹੈ ਜੋ ਗਾਹਕ ਬਣ ਕੇ ਆਇਆ ਹੋਇਆ ਹੈ। ਦੁਕਾਨਦਾਰ ਨੂੰ ਗਹਿਣੇ ਦਿਖਾਉਣ ਲਈ ਕਹਿੰਦਾ ਹੈ। ਜਿਵੇਂ ਹੀ ਦੁਕਾਨਦਾਰ ਗਹਿਣੇ ਦਿਖਾਉਣਾ ਸ਼ੁਰੂ ਕਰਦਾ ਹੈ ਤਾਂ ਇਹ ਉਹਦੇ ਵਿੱਚੋਂ ਇੱਕ ਚੇਨ, ਇੱਕ ਬ੍ਰੈਸਲੇਟ ਤੇ ਇੱਕ ਮੁੰਦਰੀ ਪਸੰਦ ਵੀ ਕਰ ਦਿੰਦਾ ਹੈ, ਜਿਸ ਨੂੰ ਕਦੀ ਹੱਥ 'ਚ ਫੜਦਾ ਹੈ ਤੇ ਕਦੀ ਦੁਕਾਨ ਤੇ ਰੱਖ ਦਿੰਦਾ ਹੈ। ਫਿਰ ਇਹ ਦੁਕਾਨਦਾਰ ਨੂੰ ਕਹਿੰਦਾ ਹੈ ਕਿ ਉਸਨੂੰ ਗਹਿਣੇ ਪਸੰਦ ਆ ਗਏ ਨੇ ਤੇ ਇਹ ਪੈਕ ਕਰ ਦਿਓ। ਜਦੋਂ ਗਹਿਣੇ ਪੈਕ ਹੋ ਜਾਂਦੇ ਨੇ, ਡੱਬਿਆਂ 'ਚ ਬੰਦ ਕਰ ਦਿੰਦੇ ਨੇ ਤਾਂ ਉਦੋਂ ਹੀ ਇਸ ਲੁਟੇਰਾ ਜਿਹੜਾ ਹੈ ਬਿੱਲ ਬਣਾਉਣ ਨੂੰ ਕਹਿੰਦਾ ਹੈ। ਦੁਕਾਨਦਾਰ ਜਿਵੇਂ ਹੀ ਬਿੱਲ ਬਣਾਉਣ ਲੱਗਦਾ ਹੈ ਤਾਂ ਮੌਕਾ ਦੇ ਕੇ ਇਹ ਲੁਟੇਰਾ ਉੱਥੋਂ ਗਹਿਣੇ ਚੁੱਕ ਕੇ ਫਰਾਰ ਹੋ ਜਾਂਦਾ ਹੈ। ਬਾਹਰ ਉਸਦਾ ਦੋਸਤ ਬਾਈਕ ਤੇ ਖੜਾ ਹੁੰਦਾ ਹੈ, ਬਾਈਕ ਸਟਾਰਟ ਕਰਕੇ ਤੇ ਦੋਨੋਂ ਹੀ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਦੁਕਾਨਦਾਰ ਉਹਨਾਂ ਦਾ ਪਿੱਛਾ ਵੀ ਕਰਦੇ ਨੇ ਪਰ ਇਹ ਲੁਟੇਰੇ ਹੱਥ ਨਹੀਂ ਆਉਂਦੇ। ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜਦੋਂ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੁੰਦਾ ਹੈ ਕਿ ਇਲਾਕਾ ਉਹਨਾਂ ਦੇ ਥਾਣੇ ਦੇ ਅੰਦਰ ਨਹੀਂ ਆਉਂਦਾ ਹੈ। ਹੁਣ ਇਹ ਦੁਕਾਨ ਕਿਹੜੇ ਥਾਣੇ ਦੇ ਇਲਾਕੇ 'ਚ ਆਉਂਦੀ ਹੈ ਇਹ ਅਜੇ ਤੱਕ ਸਾਫ਼ ਨਹੀਂ ਹੋਇਆ, ਜਿਸ ਕਰਕੇ ਨਾ ਤਾਂ ਇਹਨਾਂ ਦੁਕਾਨਦਾਰ ਦੀ ਕੋਈ ਸੁਣਵਾਈ ਕਰ ਰਿਹਾ ਹੈ ਤੇ ਕਾਰਵਾਈ ਤੇ ਬੜੀ ਬਾਤ ਦੀ ਗੱਲ ਹੈ। ਦੁਕਾਨਦਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਆਖਿਰ ਉਹਨਾਂ ਦੀ ਦੁਕਾਨ ਕਿਹੜੇ ਥਾਣੇ ਦੇ ਅਧੀਨ ਆਉਂਦੀ ਹੈ ਤੇ ਫਿਰ ਚੋਰਾਂ ਦੇ ਤੇ ਨਾਲ ਹੀ ਇਹਨਾਂ ਲੁਟੇਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਪਿੰਡ ਮਾਹਲ ਦੇ ਵਿੱਚ ਇਸ ਸੁਨਿਆਰੇ ਦੀ ਦੁਕਾਨ ਦੇ ਵਿੱਚ ਪਹਿਲਾਂ ਚੋਰੀ ਹੁੰਦੀ ਹੈ, ਉਹਦੀ ਅਜੇ ਤੱਕ ਕਾਰਵਾਈ ਨਹੀਂ ਹੋਈ, ਭਰਪਾਈ ਨਹੀਂ ਹੋਈ ਤਾਂ ਹੁਣ ਲੁਟੇਰੇ ਇਸ ਦੁਕਾਨ 'ਚ ਵੜਦੇ ਨੇ ਤੇ ਗਹਿਣੇ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਉਹਨੇ ਦੁਕਾਨਦਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਉਹ ਆ ਕੇ ਕਹਿੰਦਾ ਚੈਨ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਣੇ ਨੂੰ ਤੇ ਗਿਫਟ ਕਰਨਾ ਤੇ ਚੈਨ ਦਿਖਾਈ ਤੇ ਨਾਲ ਪੈਂਡਲ ਸੀ, ਨਾਲ ਖੰਡੇ ਵਾਲਾ ਪੈਂਡਲ ਤੇ ਨਾਲੇ ਇੱਕ ਰਿੰਗ ਤੇ ਬਿੱਲ ਬੁੱਲ ਬਣਾ ਲਿਆ। ਕਹਿੰਦਾ ਪੈਸੇ ਥੋੜੇ ਆ, ਮੈਂ ਬਾਕੀ ਪੈਸੇ ਥੋੜੇ ਕਹਿੰਦਾ ਮੈਂ ਬਾਕੀ ਗੂਗਲ ਪੇ ਕਰ ਦਿੰਦਾ। ਮੈਂ ਕਿਹਾ ਚਲੋ ਗੂਗਲ ਪੇ ਕਰਵਾ ਦਿਓ, ਬੱਚੇ ਕਿਤੇ ਗੂਗਲ ਪੇ ਕਰਵਾ ਦਿਓ ਤੇ ਇਹ ਮੈਨੂੰ ਨਾ ਵੇਖੇ ਤਾਂ ਬਿੱਲ ਬਣਾਓ, ਬਿੱਲ ਬਣਾਉਣ ਦੀ ਗੱਲ ਆ ਤੇ ਨਾਲ ਹੀ ਲੈ ਕੇ ਦੇ ਬਾਹਰ ਭੱਜ ਗਿਆ ਤੇ ਮੋਟਰਸਾਈਕਲ ਵਾਲੇ ਨੇ ਇਸ਼ਾਰਾ ਮਾਰਿਆ ਤੇ ਨਾਲੇ ਭੱਜ ਗਿਆ ਜੇ। ਪਹਿਲੇ ਸਰ ਪਹਿਲੇ ਸਾਡੀ ਚੋਰੀ ਹੋ ਗਈ ਪਹਿਲੀ ਤਰੀਕ ਨੂੰ, ਮੈਂ ਆ ਕੇ ਸਵੇਰੇ ਦਰਵਾਜ਼ਾ ਖੋਲਿਆ ਜੀ ਤੇ ਆ ਕੇ ਵੇਖਿਆ ਤੇ ਕੰਧ ਸਾਡੀ ਆ ਜਿਹੜੀ ਕੰਧ ਸਾਡੀ ਇਹ ਪਾਟੀ ਪਈ ਏ, ਪਾਟੀ ਪਈ ਏਦਾਂ ਏਦਾਂ ਮੌਕੇ ਕੱਢਿਆ ਜੇ ਤੇ ਸਾਰਾ ਕੁਝ ਖਿਲ ਰਿਹਾ ਜੇ। ਸਾਡੀ ਐਲ ਸੀ ਡੀ ਲੈ ਗਏ, ਡੀ ਵੀ ਆਰ ਲੈ ਗਏ, ਸਾਡੀ ਸਾਡੇ ਕੋਕੇ ਵਾਲੀਆਂ ਸਭ ਹੁੰਦਾ ਵੇਖ ਕੇ ਲੈ ਗਏ ਜੇ। ਟੋਟਲ 2,30,000 ਦਾ ਉਦੋਂ ਨੁਕਸਾਨ ਹੋਇਆ, 1,30,000 ਦਾ ਹੁਣ ਨੁਕਸਾਨ ਹੋ ਗਿਆ ਜੀ। ਤੁਹਾਨੂੰ ਪਤਾ ਗਰੀਬ ਆਦਮੀ ਆ ਜੀ, ਮਿਹਨਤ ਕਰਕੇ ਖਾਂਦੇ ਜੇ। ਪੁਲਿਸ ਨੇ ਕੀ ਕਰਦੇ? ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਅਸੀਂ ਪੁਲਿਸ ਨੂੰ ਰਿਪੋਰਟ ਲਿਖਾਉਣ ਗਏ ਹਾਂ
ਤੇ ਉਹਨਾਂ ਨੇ ਕੋਈ ਕਾਰਵਾਈ ਨੀ ਕੀਤੀ ਉਹ ਕਹਿੰਦੇ ਆ ਜੀ ਸਾਡਾ ਥਾਣਾ ਜਿਹੜਾ ਆ ਕਮੋਹ ਪੈਂਦਾ ਜੀ ਤੇ ਕਮੋਹ ਵਾਲੇ ਕਹਿੰਦੇ ਆ ਜੀ ਅਸੀਂ ਕਮੋਹ ਵਾਲਿਆਂ ਨੂੰ ਵੀ ਬੁਲਾਇਆ ਇੱਥੇ ਸਰ ਤੇ ਕਮੋਹ ਵਾਲੇ ਕਹਿੰਦੇ ਆ ਤੁਹਾਡਾ ਥਾਣਾ ਛਾਟਾ ਸਾਹਿਬ ਪੈਂਦਾ ਜੇ ਤੇ ਅਸੀਂ ਤੇ ਪਰੇਸ਼ਾਨ ਹੋ ਗਏ ਹੁਣ ਇੱਕ ਮਹੀਨਾ ਹੋ ਗਿਆ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਤੇ ਨਾ ਤੇ ਸਾਡਾ ਕਮੋਹ ਵਾਲੇ ਲਿਖਦੇ ਜੀ ਦਰਖਾਸਤ ਲਿਖਦੇ ਸਾਡੀ ਤੇ ਨਾ ਸਾਡੇ ਕਮੋਹ ਵਾਲੇ ਲਿਖਦੇ ਤੇ ਨਾ ਛਾਟੇ ਵਾਲੇ ਲਿਖਦੇ ਹੁਣ ਸਾਡੀ ਮੰਗ ਇਹ ਵਾ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਸਾਡੀ ਜਿਹੜੀ ਆ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਵੀ ਕਿਹੜਾ ਥਾਣਾ ਸਾਡੇ ਲੱਗਦਾ ਵਾ ਤੇ ਸਾਨੂੰ ਤੇ ਕੋਈ ਰਿਪੋਰਟ ਵੀ ਨੀ ਆਈ ਸਾਡੀ ਸਰ ਲਿਖੀ ਜਾਂਦੀ ਕੋਈ ਤੇ ਅਸੀਂ ਸਮਝ ਲਓ ਇੱਕ ਮਹੀਨਾ ਜਤੀਮਾ ਉਹਨੂੰ ਜੀਂਦੇ ਜੇ ਸਮਝ ਲਓ ਮੈਂ ਜੀ ਸਰਪੰਚ ਸੁਰਜੀਤ ਕੁਮਾਰ ਜੀਤੂ ਪੰਚਾਇਤ ਬਾਬਾ ਜੀਵਨ ਸਿੰਘ ਨਗਰ ਇਹ ਮਾਮਲਾ ਜੀ ਲਗਾਤਾਰ ਚੋਰੀਆਂ ਦੇ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਮਾਮਲਾ ਜੀ ਇੱਕ ਮਹੀਨਾ ਪਹਿਲਾਂ ਵੀ ਇਸੇ ਦੁਕਾਨ ਚ ਫੰਦ ਪਾੜ ਕੇ ਚੋਰੀ ਹੋਈ ਜੋ ਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਹਾਂ ਛਾੜੇ ਥਾਣੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਥਾਣਾ ਛਾੜਾ ਪੈਂਦਾ ਐਸ ਐਚ ਓ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ ਦੋ ਤਿੰਨ ਮਹੀਨੇ ਹੋ ਗਏ ਆ ਇਹ ਦੋ ਤਿੰਨ ਦਰਖਾਸਤਾਂ ਸਾਡੀਆਂ ਮਤਲਬ ਇਲਾਕੇ ਦੀਆਂ ਗਈਆਂ ਤੇ ਮਤਲਬ ਇਲਾਕੇ ਦਰਖਾਸਤ ਵੀ ਲੈਣ ਦੇ ਕਹਿੰਦੇ ਜੀ ਇਹ ਕਮੋਹ ਚ ਪੈਂਦਾ ਕਮੋਹ ਚ ਅੱਜ ਕੱਲ ਕੋਈ ਦਰਖਾਸਤ ਦਿੱਤੀ ਨੀ ਨਾ ਉਹਨਾਂ ਕਰੀ ਦਰਖਾਸਤ ਕੋਈ ਲਿਖੀ ਆ ਕਿਉਂਕਿ ਏਰੀਆ ਸਾਨੂੰ ਛਾੜਾ ਪੈਂਦਾ ਤੇ ਸਾਡਾ ਵੈਸਟ ਹਲਕਾ ਵਾ ਤੇ ਇਹ ਸਾਨੂੰ ਕਮਿਸ਼ਨ ਸਾਹਿਬ ਜਿਹੜੇ ਮਾਨਯੋਗ ਕਮਿਸ਼ਨ ਸਾਹਿਬ ਕੜੀ ਬੇਨਤੀ ਹੈ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਾਨੂੰ ਥਾਣਾ ਛਾੜਾ ਪੈਂਦਾ ਵਾ ਤੇ ਕਮੋਹ ਨਾਲ ਕੋਈ ਸਾਡਾ ਕੋਈ ਰਾਸਤਾ ਹੀ ਨੀ ਕੋਈ ਹੈਗਾ ਪਹਿਲਾਂ ਜੀ ਵੇਖੋ ਜੀ ਇੱਥੇ ਪਹਿਲਾਂ ਵੀ ਇੱਕ ਵਾਰੀ ਗੋਲੀ ਚੱਲੀ ਉਦੋਂ ਵੀ ਪੁਲਿਸ ਜਿਹੜੀ ਛਾੜੇ ਦੀ ਪੱਲਾ ਝਾੜਦੀ ਇਸ ਕਰਕੇ ਉਦੋਂ ਦਿਹਾਤੀ ਦਾ ਤੇ ਸ਼ਹਿਰੀ ਦੇ ਦੋਨੋਂ ਡਿਪਟੀ ਸਾਹਿਬ ਆਏ ਦੋ ਘੰਟੇ ਦੀ ਬਹਿਸ ਦੇ ਚੱਲਣ ਦੇ ਬਾਵਜੂਦ ਇਹ ਪਰਚਾ ਜਿਹੜਾ ਥਾਣੇ ਛਾੜੇ ਨੂੰ ਦਰਜ ਕਰਨਾ ਪਿਆ ਸੀ ਹੁਣ ਇੱਕ ਵਾਰੀ ਫਿਰ ਗੋਲੀ ਚੱਲੀ ਸੀ ਉਦੋਂ ਵੀ ਇਹ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਛਾੜੇ ਥਾਣੇ ਹੋਇਆ ਵਾ ਹੁਣ ਕੀ ਮੰਗ ਤੁਹਾਡੀ ਸਾਡੀ ਮੰਗ ਇਹ ਹੋ ਕਿ ਇਹ ਦਰਖਾਸਤ ਲਿਖੀ ਜਾਵੇ ਛਾੜੇ ਥਾਣੇ ਐਸ ਐਚ ਓ ਸਾਹਿਬ ਜਿਹੜੇ ਜੋ ਆਪਣੇ ਥਾਣੇ ਛੱਡ ਨੂੰ ਪੈਂਦਾ ਇਹ ਦਰਖਾਸਤ ਲਿਖੀ ਜਾਵੇ ਜੇ ਨਹੀਂ ਲਿਖੀ ਜਾਊਗੀ ਦਰਖਾਸਤ ਤੇ ਅਸੀਂ ਆਪਣਾ ਪਿੰਡ ਇਕੱਠਾ ਹੋ ਗਏ ਕਮਿਸ਼ਨ ਸਾਹਿਬ ਕਰੀ ਆਪਾਂ ਧਰਨਾ ਲਾਵਾਂਗੇ ਫਿਰ ਜੋ ਵੀ ਸਾਡੇ ਕੋਲ ਹੋਇਆ ਵੱਧ ਤੋਂ ਵੱਧ ਆਪਾਂ ਕਰਾਂਗੇ